ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਦੇਖ ਰਹੇ ਹੋ ਜੀ ਕਿੰਜਾਵਾਂ ਪਰਦੇਸ਼ ਤੇ ਮੈਂ ਹਾਂ ਮਨਦੀਪ। ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ। ਚਰਚਾ ਬੇਹੱਦ ਖਾਸ ਔਰ ਚਰਚਾ ਚ ਇੱਕ ਵਾਰੀ ਫਿਰ ਤੋਂ ਮੇਰੇ ਨਾਲ ਜੁੜੇ ਨੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਨੈਵੀਗੇਟਰ ਤੋਂ ਮੈਡਮ ਵੀਨਾ ਜੀ। ਮੈਡਮ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ। ਸੋ ਸਾਡੇ ਜਿਹੜੇ ਦਰਸ਼ਕ ਨੇ ਜੀ, ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਸਕਰੀਨ ਦੇ ਹੇਠਾਂ ਅਸੀਂ ਤੁਹਾਡੇ ਨਾਲ ਨੰਬਰ ਸਾਂਝੇ ਕਰਦੇ ਪਏ ਹਾਂ। ਇਹਨਾਂ ਨੰਬਰਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਤੁਸੀਂ ਕੈਨੇਡਾ, ਆਸਟ੍ਰੇਲੀਆ, ਯੂਕੇ, ਯੂਐਸ ਕਿਸੇ ਵੀ ਮੁਲਕ ਜਾਣਾ ਚਾਹੁੰਦੇ ਹੋ, ਇਹਨਾਂ ਨੰਬਰਸ ਤੇ ਕਾਲ ਕਰਕੇ ਆਪਣੀ ਕੋਈ ਵੀ ਕੁਐਰੀ ਹੈ ਸਾਂਝੀ ਕਰ ਸਕਦੇ ਹੋ। ਸੋ ਸਵਾਲ ਤੁਹਾਡੇ ਜਿਹੜੇ ਨੇ ਅਸੀਂ ਲਵਾਂਗੇ, ਲੇਕਿਨ ਤੁਸੀਂ ਟੀਵੀ ਦੇ ਵਾਸਕ ਜਾ ਕੇ ਨੈਟਵਰਕ ਜਾ ਕੇ ਸਾਡੇ ਨਾਲ ਰਾਬਤਾ ਕਾਇਮ ਕਰਨਾ। ਮੈਡਮ, ਚਰਚਾ ਦਾ ਵਿਸ਼ਾ ਸਭ ਤੋਂ ਪਹਿਲਾਂ ਅੱਜ ਮੈਂ ਯੂਕੇ ਲੈਣਾ, ਕਿਉਂਕਿ ਯੂਕੇ ਨੂੰ ਲੈ ਕੇ ਬਹੁਤ ਕੁਐਰੀ ਹੈ। ਯੂਕੇ ਜੋ ਕਿ ਕਾਫੀ ਟਾਈਮ ਤੋਂ ਬਾਅਦ ਓਪਨ ਹੋਇਆ, ਲੇਕਿਨ ਰਿਜ਼ਲਟ ਬੜੇ ਪਾਜ਼ਿਟਿਵ ਦੇ ਰਿਹਾ। ਇਹ ਵਾਕਿਆ ਚ ਪਾਜ਼ਿਟਿਵ ਰਿਜ਼ਲਟ ਇਸੇ ਲੜੀ ਦੇ ਵਿੱਚ ਅੱਗੇ ਚੱਲਣ ਵਾਲੇ ਨੇ ਜਾਂ ਫਿਰ ਇਸੇ ਵੀ ਠਹਿਰਾਵ ਲੱਗਣ ਵਾਲਾ ਹੈ? ਮਨਦੀਪ, ਇਹ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਕਿ ਇਹ ਯੂਕੇ ਦਾ ਕੀ ਰਹਿਣ ਵਾਲਾ, ਕਿਉਂਕਿ ਯੂਕੇ ਇੱਕ ਇਹੋ ਜਿਹਾ ਕੰਟਰੀ ਜਿਹੜਾ ਇਸ ਟਾਈਮ ਵੀਜ਼ਾ ਬਹੁਤ ਖੁੱਲਾ ਦੇ ਰਿਹਾ, ਲੇਕਿਨ ਆਇਲਸ ਜਿਹੜੀ ਰਿਕੁਆਇਰਮੈਂਟ ਹੈ ਕਿਸੇ ਵੀ ਬੈਂਡ ਜਿਹੜਾ ਆਇਲਸ ਦਾ ਜਿਹੜਾ ਬੈਂਡ ਹੈ ਇੰਡੀਵਿਜੁਅਲ 5.5 ਤੋਂ ਘੱਟ ਨਹੀਂ ਹੋਣਾ ਚਾਹੀਦਾ। ਜਾਂ ਯੂਕੇ VI ਓਵਰਆਲ 5 ਬੈਂਡ ਵੀ ਚੱਲ ਸਕਦੇ, ਬਟ ਉਹ ਯੂਕੇ VI ਜਾਂ ਦੂਜਾ ਆਇਲਸ ਕਰਦੇ ਆ ਤੇ ਉਹ 5.5 ਤੋਂ ਘੱਟ ਨਹੀਂ ਹੋਣਾ ਚਾਹੀਦਾ। ਜਿਹੜਾ ਤੁਸੀਂ ਕਹਿ ਰਹੇ ਹੋ ਵੀਜ਼ਾ, ਦੇਖੋ ਕਿਸੇ ਵੀ ਅੰਬੈਸੀ ਦਾ ਪਤਾ ਨਹੀਂ ਚੱਲਦਾ ਕਿ ਕਦ ਇਹਨਾਂ ਨੇ ਰੋਕ ਦੇਣਾ ਔਰ ਕਦ ਇਹਨਾਂ ਨੇ ਦੇਣਾ, ਕਿਉਂਕਿ ਲਾਸਟ ਈਅਰ ਯੂਕੇ ਨੇ ਇਕਦਮ ਵੀਜ਼ਾ ਦਿੱਤੇ ਸੀ, ਫਿਰ ਝਟਕਾ ਦਿੱਤਾ ਸੀ ਇੰਟਰਵਿਊ ਵਾਲਾ, ਜੇ ਤੁਹਾਨੂੰ ਯਾਦ ਹੋਏ, ਹੈ ਨਾ। ਇਸ ਟਾਈਮ ਉਸਦੇ ਬਾਅਦ ਅਚਾਨਕ ਖੂਬ ਵੀਜ਼ਾ ਦਿੱਤੇ ਔਰ ਵੀਜ਼ਾ ਵੀ ਇੰਨੇ ਅੱਛੇ ਦਿੱਤੇ ਆ ਇਹਨਾਂ ਨੇ ਕਿ ਜਿਹੜਾ ਇਸ ਟਾਈਮ ਹਰ ਬੰਦਾ ਯੂਕੇ ਦੀ ਤਰ੍ਹਾਂ ਭੱਜ ਰਿਹਾ। ਜੇ ਉਹਦਾ ਕੈਨੇਡਾ ਰਿਜੈਕਸ਼ਨ ਹੋ ਗਿਆ ਫਿਰ ਯੂਕੇ, ਆਸਟ੍ਰੇਲੀਆ ਰਿਜੈਕਸ਼ਨ ਹੋ ਗਿਆ ਫਿਰ ਯੂਕੇ ਹੈ, ਜਾਂ ਜਿਹਨਾਂ ਦੇ ਦੋਸਤ ਮਿੱਤਰ ਯੂਕੇ ਚਲੇ ਗਏ ਤੇ ਉਹਨਾਂ ਨੂੰ ਇਹ ਕਿ ਚਲੋ ਸਾਨੂੰ। ਔਰ ਵਾਕਈ ਚ ਜਿਹੜੇ ਬੱਚੇ, ਦੇਖੋ ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦਿੰਦੀ ਹਾਂ, ਚੰਡੀਗੜ੍ਹ 22 ਸੈਕਟਰ ਇੱਕ ਲੜਕੀ ਨੂੰ ਮੈਂ ਭੇਜਿਆ ਸੀਗਾ ਸੈਪਟੈਂਬਰ ਇਨਟੇਕ ਚ, ਸੋਰੀ ਜੈਨ ਇਨਟੇਕ ਚ, ਠੀਕ ਹੈ, ਤੇ +2 ਦੇ ਬਾਅਦ ਭੇਜਿਆ ਸੀਗਾ ਤੇ ਮੈਂ ਮਤਲਬ ਅੱਛਾ ਪ੍ਰੋਫਾਈਲ ਲੜਕੀ ਦਾ, ਫੋਟੋਗ੍ਰਾਫੀ ਕੋਰਸ ਚ ਗਈ ਸੀਗੀ, ਉਹਦੇ ਫਾਦਰ ਆਏ ਕੱਲ ਪਰਸੋਂ, ਤੇ ਮੈਂ ਕਿਹਾ ਕਿ ਤੁਸੀਂ ਫੀਸਾਂ ਫੂਸਾਂ ਭੇਜ ਰਹੇ ਹੋਗੇ ਕਿਉਂਕਿ ਅੰਡਰ ਗ੍ਰੈਡ ਦਾ ਬੱਚਾ ਹੈ, ਮਾਸਟਰ ਦਾ ਵੀ ਨਹੀਂ। ਕਹਿੰਦੇ ਨਹੀਂ ਮੈਡਮ, ਉਹਦਾ ਇੰਨਾ ਕੁ ਹੋ ਜਾਂਦਾ ਕਿ ਆਪਣੀ ਫੀਸਾਂ ਵੀ ਕੱਢ ਰਹੀ ਹੈ, ਤੇ ਇਹ ਥੋੜਾ ਜਿਹਾ ਇੱਕ ਠੀਕ ਲੱਗਿਆ, ਪੋਜ਼ਿਟਿਵ ਸਾਈਨ ਲੱਗਿਆ ਸਾਨੂੰ। ਕੱਲ ਹੀ ਇੱਕ ਬੱਚਾ ਮੈਨੂੰ ਸਪਾਊਸ ਵੀਜ਼ਾ ਦੀ ਫਾਈਲ ਦੇ ਕੇ ਗਿਆ, ਉਸ ਬੱਚੇ ਦਾ ਵੀ ਮੈਂ ਲਾਸਟ ਈਅਰ ਸਟੂਡੈਂਟ ਵੀਜ਼ਾ ਕਰਾਇਆ ਸੀਗਾ, ਉਹਦਾ ਟੀਅਰ 2 ਵਿੱਚ ਕਨਵਰਟ ਹੋ ਗਿਆ। ਆਪਾਂ ਕਾਲ ਬਾਅਦ ਚ ਲੈਂਦੇ ਹਾਂ, ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਠੀਕ ਹੈ, ਉਹ ਹੈਲਥ ਸਾਇੰਸ ਚ ਗਿਆ ਸੀਗਾ, ਟੀਅਰ 2 ਵੀਜ਼ਾ ਹੁੰਦਾ ਵਰਕ ਪਰਮਿਟ, ਇੱਕ ਸਾਲ ਦੇ ਬਾਅਦ ਹੀ ਕੋਰਸ ਖਤਮ ਹੋਣ ਦੇ ਬਾਅਦ ਉਹਨੂੰ ਟੀਅਰ 2 ਵੀਜ਼ਾ ਚ ਮਿਲ ਗਿਆ। ਇੱਥੇ ਆ ਕੇ ਹੁਣ ਉਹਦੀ ਮੈਰਿਜ ਹੋਈ ਹੈ 10-12 ਦਿਨ ਪਹਿਲੇ, ਹੁਣ ਉਹਨੇ ਜਿਹੜਾ ਆਪਣੀ ਵਾਈਫ ਨੂੰ ਜਿਹੜਾ ਬੁਲਾਉਣਾ ਤੇ ਉਹਦੀ ਅਸੀਂ ਫਾਈਲ ਬਣਾ ਰਹੇ ਹਾਂ। ਤੁਸੀਂ ਇਹ ਦੇਖੋ ਕਿ ਇਹ ਜਿਹੜੇ ਪੋਜ਼ਿਟਿਵ ਰਿਜ਼ਲਟ ਸਾਡੇ ਕੋਲ ਆ ਰਹੇ ਆ ਉਹਦੀ ਵਜ੍ਹਾ ਨਾਲ ਹਰ ਬੰਦਾ ਜਿਹੜਾ ਕਹਿੰਦਾ ਕਿ ਕਿਉਂਕਿ ਕੋਵਿਡ ਦੇ ਵਿੱਚ ਲੋਕ ਬਹੁਤ ਘੱਟ ਗਏ ਸੀਗੇ, ਇਕਦਮ ਤੋਂ ਰਸ਼ ਅੰਬੈਸੀਆਂ ਚ ਵੀ ਬਹੁਤ ਜ਼ਿਆਦਾ ਪਿਆ। ਰਾਈਟ, ਅੰਬੈਸੀ ਚ ਬਹੁਤ ਰਸ਼ ਪਿਆ ਸੀ, ਕੰਮ ਕਰਦੀ ਵੀ ਜਿੱਦਾਂ ਤੁਸੀਂ ਸੋਚਦੇ ਹੋਵੋਗੇ ਵੀ ਕੋਈ ਪ੍ਰੋਬਲਮ ਨਾ ਹੋ ਰਹੀ ਹੋਵੇ ਤਾਂ ਬਿਲਕੁਲ ਵੀ ਨਹੀਂ ਹੈ। ਜਿੱਦਾਂ ਮੈਡਮ ਨੇ ਹੁਣੇ ਜ਼ਿਕਰ ਕੀਤਾ, ਜਿਹੜਾ ਸਟੂਡੈਂਟ ਮਿਹਨਤੀ ਹੈਗਾ, ਜਿਹੜਾ ਲੱਤ ਧਰ ਕੇ ਘਰੇ ਬਹਿ ਕੇ ਰੋਟੀ ਖਾਣ ਵਾਲਾ ਨਹੀਂ ਹੈਗਾ, ਮਿਹਨਤ ਕਰ ਸਕਦਾ, ਉਹ ਸਟੂਡੈਂਟ ਉੱਥੇ ਆਪਣਾ ਖਰਚਾ ਈਜ਼ੀਲੀ ਕਰ ਸਕਦਾ। ਦਰਸ਼ਕ ਜੁੜ ਰਹੇ ਨੇ ਸਾਡੇ ਨਾਲ, ਅਸੀਂ ਸਾਡੇ ਦਰਸ਼ਕ ਦੇ ਸਵਾਲ ਲਵਾਂਗੇ। ਔਰ ਮੇਰੀ ਬੇਨਤੀ ਸਾਡੇ ਦਰਸ਼ਕਾਂ ਨੂੰ ਇੱਕੋ ਹੀ ਕਿ ਪਲੀਜ਼ ਆਵਾਜ਼ ਕਟਾ ਕੇ ਨੈਟਵਰਕ ਚ ਆ ਕੇ ਤੁਸੀਂ ਸਾਡੇ ਨਾਲ ਜੁੜਨਾ ਔਰ ਸਵਾਲ ਸਾਂਝਾ ਕਰਨਾ। ਮੈਡਮ, ਵਿਦਆਊਟ ਆਇਲਸ ਨੂੰ ਲੈ ਕੇ ਵੱਡੇ ਪੱਧਰ ਤੇ ਪ੍ਰਮੋਸ਼ਨ ਹੈ, ਕੀ ਸਿਰਫ CBSE ICSE ਬੋਰਡ ਵਾਲਾ ਬੱਚਾ ਉਹੀ ਵਿਦਆਊਟ ਆਇਲਸ ਅਪਲਾਈ ਕਰ ਸਕਦਾ ਜਾਂ ਫਿਰ ਉਹ ਵੀ ਨਹੀਂ ਕਰ ਸਕਦਾ ਹੈਗਾ, ਮਾਜਰੇ ਕੁਝ ਹੋਰ ਆ ਜਾਂਦੇ ਨੇ? ਨਹੀਂ, CBSE ICSE ਵਾਲਾ ਬੱਚਾ ਜੇ ਇੰਗਲਿਸ਼ ਉਹਦੀ 70% ਹੈ ਉਹ ਵਿਦਆਊਟ ਆਇਲਸ ਕਰ ਸਕਦਾ, ਲੇਕਿਨ ਉਹਨਾਂ ਨੇ 5 ਸਾਲ ਪਹਿਲੇ +2 ਕੀਤੀ ਹੈ, ਫ੍ਰੀ ਰਹੇ ਹੈ, ਫਿਰ ਨਹੀਂ। ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਨੇ ਜੇ +2 ਕੀਤੀ ਹੈ ਔਰ ਇੰਗਲਿਸ਼ ਉਹਦੇ 70% ਹੈ CBSE ICSE ਬੋਰਡ ਤੋਂ, ਠੀਕ ਹੈ, ਫਿਰ ਉਹ ਵਿਦਆਊਟ ਆਇਲਸ। ਠੀਕ ਹੈ ਜੀ, ਸਾਡੇ ਨੈਕਸਟ ਕਾਲਰ ਦਾ ਸਵਾਲ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਠੀਕ ਹੈ ਜਸਵੀਰ ਜੀ, ਕੀ ਸਵਾਲ ਹੈ ਤੁਹਾਡਾ? 2 ਸਾਲ ਗੈਪ, ਠੀਕ ਹੈ, ਓਵਰਆਲ 5 ਨੇ ਤੇ ਘੱਟੋ ਘੱਟ ਕਿੰਨੇ ਨੇ? ਇਹਨਾਂ ਨੇ 2020 ਚ ਕੀਤੀ ਹੈ, 2 ਸਾਲ ਦਾ ਗੈਪ ਹੈ ਇਹਨਾਂ ਦਾ। ਇਹਨਾਂ ਨੂੰ ਯੂਕੇ ਵੀ ਵਾਈਫ ਨੂੰ ਨਾਲ ਨਹੀਂ, +2 ਬੇਸ ਤੇ ਵਾਈਫ ਨੂੰ ਨੀ, ਸਪਾਊਸ ਨੂੰ ਨੀ ਅਲਾਊਡ ਹੈ, ਗ੍ਰੈਜੂਏਸ਼ਨ ਕੀਤਾ ਹੋਏ ਔਰ ਜੇ +2 ਬੇਸ ਤੇ ਕੱਲੇ ਜਾਣਾ ਚਾਹ ਰਹੇ ਤੇ ਯੂਕੇ VI ਆਈਲੈਟਸ ਕਰ ਲੈਣ ਤੇ 5 ਬੈਂਡ
ਓਵਰਆਲ ਚ ਵੀ ਅਸੀਂ ਭੇਜਦਾ ਠੀਕ ਹੈ ਸੋ ਯੂਕੇ ਵੀ ਆਈਲਸ ਜਿਹੜਾ ਹੈ ਤੁਸੀਂ ਪੁੱਛੋਗੇ ਯੂਕੇ ਵੀ ਆਈ ਆਈਲਸ ਕੀ ਹੈ ਇਹ ਸੇਮ ਆਈਲਸ ਹੈ ਇਹਦੇ ਵਿੱਚ ਖਾਲੀ ਕੈਮਰਾ ਲੱਗਿਆ ਹੁੰਦਾ ਹੈ ਕਿ ਇਹ ਸਿਕਿਉਰਡ ਪੇਪਰ ਮੰਨਿਆ ਜਾਂਦਾ ਪੇਪਰ ਸੇਮ ਹੈ ਠੀਕ ਹੈ ਓਕੇ ਨੈਕਸਟ ਕਾਲਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਲੰਧਰ ਤੋਂ ਪ੍ਰੀਤੀ ਕੀ ਸਵਾਲ ਹੈ ਮੈਡਮ ਮੈਡਮ ਜੀ ਸਦ ਕੇ ਪੁੱਛੋ ਲੇਕਿਨ ਟੀਵੀ ਤੋਂ ਦੂਰ ਹੋ ਜਾਓ ਦੱਸੋ ਕੀ ਪ੍ਰੋਫਾਈਲ ਹੈ ਹਾਂਜੀ ਹਾਂਜੀ ਬੋਲੋ ਸਵਾਲ ਦੱਸੋ ਮੈਡਮ ਠੀਕ ਹੈ ਨੰਬਰ ਕਿੰਨੇ ਨੇ ਕੰਪਿਊਟਰ ਫੀਲਡ ਚ ਜੋਬ ਚਾਹੀਦੀ ਹੋਵੇ ਪਹਿਲਾਂ ਤਾਂ ਮੈਡਮ ਸਟੱਡੀ ਦਾ ਵੀਜ਼ਾ ਦਿਲਵਾ ਲਓ ਤੁਸੀਂ ਨੰਬਰ ਕਿੰਨੇ ਆਏ ਆ ਪਲੱਸ ਟੂ ਦੇ ਵਿੱਚ ਪਲੱਸ ਟੂ ਚ ਨੰਬਰ ਕਿੰਨੇ ਨੇ ਮੈਡਮ ਪਲੱਸ ਟੂ ਤੋਂ ਬਾਅਦ ਕਿਵੇਂ ਤੁਸੀਂ ਜੋਬ ਲਈ ਜਾ ਸਕਦੇ ਹੋ ਇਹ ਪੋਸੀਬਲ ਨਹੀਂ ਹੈ ਥੈਂਕ ਯੂ ਨਾਲ ਜੁੜਨ ਦੇ ਲਈ ਮੈਡਮ ਦੱਸੋ ਜੀ ਸਟੱਡੀ ਲਈ ਨਹੀਂ ਜੋਬ ਵਾਸਤੇ ਜਾਣਾ ਹੈ ਇੱਕ ਤਾਂ ਨਾ ਐਡਵਰਟਾਈਜ਼ਮੈਂਟ ਨੇ ਪੱਠਾ ਵਟਾ ਕੇ ਰੱਖਿਆ ਹੋਇਆ ਸਟੂਡੈਂਟਸ ਦਾ ਉਹਨਾਂ ਦੇ ਪੇਰੈਂਟਸ ਦਾ ਤੁਸੀਂ ਯਕੀਨ ਨਹੀਂ ਕਰੋਗੇ ਮੰਦੀ ਪਰਸੋਂ ਮੇਰੇ ਆਫਿਸ ਚ ਇੱਕ ਬੱਚਾ ਆਇਆ ਸਟੱਡੀ ਵੀਜ਼ਾ ਦਾ ਅਪਲਾਈ ਕੀਤਾ ਕਿਸੇ ਕੋਲ ਏਜੰਟ ਕੋਲ ਔਰ 40 ਲੱਖ ਰੁਪਏ ਦੀ ਠੱਗੀ ਕਰਾ ਬੈਠਿਆ ਉਹੀ ਤਾਂ ਠੀਕ ਹੈ ਕੱਲ ਇੱਕ ਬੱਚਾ ਆਇਆ ਜਿਹਨੇ ਨਾਮ ਨਹੀਂ ਲਊਂਗੀ ਮੈਂ ਇਸ ਟਾਈਮ ਕੰਪਨੀ ਦਾ 20 ਸਾਲ ਦਾ ਬੱਚਾ ਟੂਰਿਸਟ ਵੀਜ਼ਾ ਕੈਨੇਡਾ ਵਾਸਤੇ 2.5 ਲੱਖ ਰੁਪਿਆ ਦੇ ਕੇ ਆਏ ਆ ਕਿਉਂਕਿ ਅਸੀਂ ਸੱਚ ਬੋਲਦੇ ਹਾਂ ਸੱਚ ਦੇ ਵਿੱਚ ਲੋਕਾਂ ਨੂੰ ਯਕੀਨ ਨਹੀਂ ਆਏਗਾ ਜੇ ਝੂਠ ਬੋਲਣਗੇ ਲੋਕ ਤੇ ਇਹਨਾਂ ਨੂੰ ਯਕੀਨ ਆਏਗਾ ਮੈਂ ਉਹਨਾਂ ਨੂੰ ਕਿਹਾ ਕਿਉਂਕਿ ਤੁਸੀਂ 2.5 ਲੱਖ ਫੁੱਕ ਲਿਆ ਕੈਨੇਡਾ ਦਾ ਭੂਤ ਉਤਰ ਗਿਆ ਜਾਂ ਅਸੀਂ ਤੁਹਾਨੂੰ ਕਹਿੰਦੇ ਕਿ ਕੈਨੇਡਾ ਦਾ ਵੀਜ਼ਾ ਟੂਰਿਸਟ ਵੀਜ਼ਾ 20 ਸਾਲ ਦੀ ਏਜ ਹੈ ਕੋਈ ਤੁਹਾਡਾ ਰਿਲੇਟਿਵ ਨਹੀਂ ਰਹਿੰਦਾ ਤੁਸੀਂ ਨਹੀਂ ਜਾ ਸਕਦੇ ਤੁਸੀਂ ਕਦੇ ਨਹੀਂ ਮੰਨਣਾ ਸੀਗਾ ਹੁਣ ਤੁਸੀਂ ਪੈਸੇ ਵੀ ਗਵਾ ਬੈਠੇ ਹੋ ਰਿਜੈਕਸ਼ਨ ਵੀ ਲੱਗ ਗਈ ਹੈ ਬਿਲਕੁਲ ਹਾਂ ਹੁਣ ਠੰਡੇ ਹੋ ਕੇ ਘਰੇ ਬਹਿ ਜਾਓਗੇ ਤੁਹਾਨੂੰ ਵੀ ਟਿਕਾ ਨਹੀਂ ਆਉਂਦਾ ਹੈਗਾ ਜਿਹੜੇ ਜੈਨੂਅਨ ਕੰਸਲਟੈਂਟ ਨੇ ਜਿਨ੍ਹਾਂ ਕੋਲ ਸਾਲਾਂ ਬੱਧੀ ਤਜਰਬਾ 5000 ਰੁਪਏ ਕਰਨ ਵਾਸਤੇ ਵੀ 50 ਕੁਐਸਚਨ ਪੁੱਛਣਗੇ ਹਾਂ ਔਰ ਜਿਹੜੇ ਠੱਗੀਆਂ ਮਾਰ ਰਹੇ ਆ ਉਹ ਤਾਂ ਲੱਖਾਂ ਰੁਪਏ ਆਰਾਮ ਨਾਲ ਦੇਣਗੇ ਤੇ ਬਾਅਦ ਵਿੱਚ ਮੱਥੇ ਦੇ ਹੱਥ ਕਰਕੇ ਬੈਠਣਗੇ ਵੀ ਆ ਸਾਡੇ ਨਾਲ ਕੀ ਹੋ ਗਿਆ ਅਵੇਅਰ ਹੋਇਆ ਕਰੋ ਤੁਹਾਡੀ ਖਾਸ ਅਵੇਅਰਨੈਸ ਕਿਸੇ ਦਾ ਤੁਸੀਂ ਟਾਈਮ ਲੈ ਕੇ ਐਕਸਪੀਰੀਅੰਸ ਬੰਦੇ ਦਾ ਟਾਈਮ ਲੈ ਰਹੇ ਹੋ ਜੇ ਔਰ ਜੇ ਤੁਹਾਡੀ ਫਾਈਲ ਠੀਕ ਠਾਕ ਬਣ ਰਹੀ ਹੈ ਇੰਨਾ ਪੁਰਾਣਾ ਐਕਸਪੀਰੀਅੰਸ ਹੈ ਤੁਸੀਂ ਉਸ ਐਕਸਪੀਰੀਅੰਸ ਦੀ ਕਦਰ ਕਰਨਾ ਸਿੱਖੋ ਤੁਹਾਡੇ ਨਾਲ ਕਦੀ ਠੱਗੀ ਨਹੀਂ ਹੋਏਗੀ ਬਿਲਕੁਲ ਜੀ ਠੱਗੀ ਤੁਹਾਡੇ ਆਪਣੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਜੇ ਕੇਸ ਨਹੀਂ ਵੀ ਬਣਦਾ ਫਿਰ ਤੁਸੀਂ ਚਾਹੁੰਦੇ ਹੋ ਬੰਦਾ ਹਾਂ ਕਰੇ ਹਾਂ ਕਰਕੇ ਤੁਹਾਡੇ ਨਾਲ ਠੱਗੀ ਕਰੇ ਇਸ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਆਉਂਦੀ ਹੈ ਸਭ ਤੋਂ ਜ਼ਿਆਦਾ ਠੱਗੀਆਂ ਤਾਂ ਹੀ ਹੁੰਦੀ ਕਿ ਤੁਸੀਂ ਜੋ ਚਾਹੁੰਦੇ ਹੋ ਉਹ ਹੋਣਾ ਚਾਹੀਦਾ ਰਾਈਟ ਬਿਲਕੁਲ ਤੁਹਾਡੇ ਅਕੋਰਡਿੰਗ ਕੁਝ ਨਹੀਂ ਹੋ ਸਕਦਾ ਕੰਸਲਟੈਂਟ ਜਿਹੜਾ ਐਕਸਪੀਰੀਅੰਸ ਜਾਂ ਉਹਦੀ ਗੱਲ ਸੁਣਿਆ ਕਰੋ ਹਜ਼ਾਰਾਂ ਦੀ ਤਾਦਾਦ ਚ ਜਿਨ੍ਹਾਂ ਨੇ ਬੱਚੇ ਭੇਜੇ ਹੋਏ ਨੇ ਉਹਨਾਂ ਬੱਚਿਆਂ ਦੇ ਰਿਵਿਊ ਲੈ ਲਿਆ ਕਰੋ ਫੇਸਬੁੱਕ ਦੇ ਉੱਪਰ ਵਿਜ਼ਿਟ ਕਰਿਆ ਕਰੋ ਐਟਲੀਸਟ ਪ੍ਰੋਫਾਈਲ ਤਾਂ ਦੇਖਿਆ ਕਰੋ ਕੰਸਲਟੈਂਟ ਦੀ ਲੋਕੀ ਕਮੈਂਟ ਕਿੱਦਾਂ ਦੇ ਕਰ ਰਹੇ ਨੇ ਕਿੱਦਾਂ ਦੇ ਬੱਚਿਆਂ ਦੀ ਪ੍ਰੋਫਾਈਲ ਦੇ ਵੀਜ਼ੇ ਆ ਰਹੇ ਨੇ ਖੈਰ ਸਾਡੇ ਦਰਸ਼ਕਾਂ ਨੇ ਫਿਰ ਕਹਿਣਾ ਵੀ ਇਹ ਲੈਕਚਰ ਵੀ ਵਿੱਚ ਨਾਲ ਹੀ ਦੇਣਾ ਸ਼ੁਰੂ ਕਰ ਦਿੰਦੀ ਹੈ ਮਨਦੀਪ ਮੈਡਮ ਵਿਦਆਊਟ ਆਈਲਸ ਬਾਰੇ ਥੋੜਾ ਜਿਹਾ ਗਾਈਡ ਕਰੋ ਹੋ ਸਕਦਾ ਔਰ ਮੈਂ ਪਾਸਪੋਰਟ ਦੇਖ ਰਹੀ ਹਾਂ ਕਿਹੜੀ ਕੰਟਰੀ ਦਾ ਹੈ ਕੈਨੇਡਾ ਦਾ ਤੁਸੀਂ ਬਾਰੇ ਪਿਛਲੀ ਵਾਰੀ ਮੈਡਮ ਵੀਜ਼ੇ ਨਹੀਂ ਆ ਰਹੇ ਅੱਛਾ ਕੈਨੇਡਾ ਦਾ ਇਹ ਅਸਲੀ ਵੀਜ਼ੇ ਲੈ ਕੇ ਆਈ ਹਾਂ ਇਹ ਕੈਨੇਡਾ ਦਾ ਠੀਕ ਹੈ ਇਹ ਆਸਟ੍ਰੇਲੀਆ ਦਾ ਗਰੰਟਿਡ ਓਕੇ ਇਹ ਵੀ ਆਸਟ੍ਰੇਲੀਆ ਦਾ ਗਰੰਟਿਡ ਇਹ ਵੀ ਇਹ ਸਾਰੇ ਅੱਜ ਦੇ ਵੀਜ਼ੇ ਆ ਓਕੇ ਸੋ ਵੈਮ ਤੁਹਾਨੂੰ ਕੱਢਣ ਦੇ ਵਾਸਤੇ ਮੈਡਮ ਅੱਜ ਆਏ ਨੇ ਕਿ ਵੀਜ਼ੇ ਆ ਰਹੇ ਨੇ ਕਿੱਦਾਂ ਦੀ ਪ੍ਰੋਫਾਈਲ ਹੈ ਇਹਨਾਂ ਬੱਚਿਆਂ ਦੀ ਪ੍ਰੋਫਾਈਲ ਤੇ ਵੀ ਚਰਚਾ ਕਰਦੇ ਹਾਂ ਲੇਕਿਨ ਦਰਸ਼ਕ ਦਾ ਸਵਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਰਮਨ ਜੀ ਕੀ ਸਵਾਲ ਹੈ ਮੈਡਮ ਠੀਕ ਹੈ ਜੀ ਉਸ ਤੋਂ ਬਾਅਦ ਹਾਂਜੀ ਪੀਟੀ ਦਾ ਸਕੋਰ 51 ਬਣੇ ਆ ਮਤਲਬ 51 ਬਣੇ ਆ ਨਾਟ ਲੈਸ ਦੈਨ ਮੈਡਮ 51 ਨਾਟ ਲੈਸ ਦੈਨ ਕੀ ਸਕੋਰ ਹੈ ਤੁਹਾਡਾ 6 ਇੰਚ ਦੀ ਗੱਲ ਛੱਡੋ ਤੁਸੀਂ ਸਕੋਰ ਦੱਸੋ ਕਿੰਨਾ ਮੈਡਮ ਘੱਟੋ ਘੱਟ ਕਿਸੇ ਮੋਡਿਊਲ ਚ ਕਿੰਨੇ ਨੇ ਇਹ ਪੁੱਛ ਰਹੀ ਆ 48 47 46 ਉਹ ਪੁੱਛ ਰਹੀ ਆ ਕੈਨੇਡਾ ਦਾ ਪੀਟੀ ਦੇ ਬੇਸ ਤੇ ਵੀਜ਼ਾ ਸਗੋਂ ਜਿਆਦਾ ਆ ਰਿਹਾ ਔਰ ਮੈਂ ਯੂਕੇ ਦੀ ਗੱਲ ਕਰਾਂ ਤੇ ਜਿਹੜਾ ਪੀਟੀ ਸਕੋਰ 51 ਬਹੁਤ ਘੱਟ ਹੈ ਆਸਟ੍ਰੇਲੀਆ ਵਾਸਤੇ ਵੀ ਘੱਟ ਹੈ ਬਟ ਕੈਨੇਡਾ ਵਿੱਚ ਇਹ ਅਪਲਾਈ ਕਰ ਸਕਦੇ ਠੀਕ ਹੈ ਕੈਨੇਡਾ ਵੀਜ਼ਾ ਆ ਰਿਹਾ ਪੀਟੀ ਦੇ ਉੱਪਰ ਆ ਰਿਹਾ ਪੀਟੀ ਦੇ ਵਿੱਚ ਅੱਛਾ ਵੀਜ਼ਾ ਆ ਰਿਹਾ
ਜੇ ਇਹ ਸਕੋਰ ਕਿਉਂਕਿ ਪੀਟੀ ਦਾ ਐਗਜ਼ਾਮ ਦਿੱਤਾ ਉਹਦਾ ਰਿਜ਼ਲਟ ਬਹੁਤ ਜਲਦੀ ਆ ਜਾਂਦਾ ਥੋੜਾ ਜਿਹਾ ਹੋਰ ਇੰਪਰੂਵ ਕਰ ਲੈਣ ਤੇ ਇਹਨਾਂ ਦਾ ਕਾਫੀ ਅੱਛਾ ਆ ਜਾਏਗਾ ਕਿਉਂਕਿ ਇਹਨਾਂ ਦੀ ਪਰਸੈਂਟੇਜ ਵੀ ਅੱਛੀ ਹੈ ਮੇਰੇ ਖਿਆਲ ਸਬਜੈਕਟਸ ਵੀ ਇਹਨਾਂ ਦੇ ਅੱਛੇ ਆ ਰਾਈਟ ਪ੍ਰੋਫਾਈਲ ਓਵਰਆਲ ਇਹਨਾਂ ਦਾ ਅੱਛਾ ਠੀਕ ਹੈ ਨੈਕਸਟ ਕਾਲਰ ਦਾ ਅਸੀਂ ਸਵਾਲ ਲਵਾਂਗੇ ਲੇਕਿਨ ਉਸ ਤੋਂ ਵੀ ਪਹਿਲਾਂ ਫਿਰ ਤੋਂ ਬਾਰ ਬਾਰ ਉਹੀ ਗੱਲ ਆ ਜਾਂਦੀ ਹੈ ਕਿ ਟੀਵੀ ਦੇ ਵਾਸ ਕਟਾ ਕੇ ਨੈਟਵਰਕ ਚਾ ਕੇ ਤੁਸੀਂ ਸਾਡੇ ਨਾਲ ਜੁੜਨਾ ਨਾਨ ਐਸ ਡੀ ਐਸ ਕੈਟਾਗਰੀ ਕੈਨੇਡਾ ਦੇ ਵਿੱਚ ਲੱਗਦੀ ਹੈ ਜੇ ਫਾਈਲ ਚਾਹੇ ਪੀਟੀ ਕੀਤੀ ਹੈ ਚਾਹੇ ਇੱਕ ਮੋਡਿਊਲ ਚ 5.5 ਹੈ ਮੈਂ ਤੁਹਾਨੂੰ ਨਾ ਛੋਟਾ ਜਿਹਾ ਕੁਝ ਐਡਸ ਲੋਕਾਂ ਨੇ ਕੱਢੀ ਹੋਣੀ ਕੈਨੇਡਾ ਦਾ ਵੀਜ਼ਾ ਬੰਦ ਹੋ ਗਿਆ ਉਹਦੇ ਵਾਸਤੇ ਮੈਂ ਤੁਹਾਨੂੰ ਵੀਜ਼ਾ ਵੀ ਦਿਖਾ ਦਿੱਤਾ ਬਾਕੀ ਇਹ ਹੈ ਕਿ ਵੀਜ਼ੇ ਇੱਦਾਂ ਨਹੀਂ ਕਿ ਬਿਲਕੁਲ ਹੀ ਬੰਦ ਹੋ ਜਾਣ ਇਹ ਹੁੰਦਾ ਕਈ ਵਾਰੀ ਕਿ ਪੁੱਠੇ ਸਿੱਧੇ ਸਾਰੇ ਪ੍ਰੋਫਾਈਲ ਨੂੰ ਵੀਜ਼ਾ ਜ਼ਿਆਦਾ ਆ ਰਿਹਾ ਕਿਸੇ ਟਾਈਮ ਲਿਮਿਟਿਡ ਵੀਜ਼ਾ ਆਉਂਦਾ ਬਸ ਇੰਨਾ ਹੀ ਡਰਨ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਛੋਟਾ ਜਿਹਾ ਇੱਕ ਅਪਗ੍ਰੇਡ ਕਿ ਕਾਫੀ ਸਾਰੇ ਸਟੂਡੈਂਟ ਜਿਹੜਾ ਮੈਥ ਦਾ ਪੇਪਰ ਨਹੀਂ ਦਿੱਤਾ ਹੁੰਦਾ ਕੈਨੇਡਾ ਦੇ ਵਿੱਚ ਜ਼ਿਆਦਾਤਰ ਕੋਰਸਿਸ ਦੇ ਵਿੱਚ ਮੈਥ ਚਾਹੀਦਾ ਹੁੰਦਾ ਪਰ ਸਾਡੇ ਕੋਲ ਕੁਝ ਕਾਲਜਿਸ ਹੈ ਉਹ ਵੀ ਸਰਕਾਰੀ ਗਵਰਨਮੈਂਟ ਕਾਲਜਿਸ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਬੱਚਿਆਂ ਨੇ ਮੈਡੀਕਲ ਕੀਤੀ ਹੋਈ ਹੈ ਵਿਦਆਊਟ ਮੈਥ ਨਰਸਿੰਗ ਕਰ ਸਕਦੇ ਠੀਕ ਹੈ ਅਪਕਮਿੰਗ ਇਨਟੇਕ ਮੈਡਮ ਜ਼ਰੂਰ ਦੱਸੋ ਸਾਨੂੰ ਕੈਨੇਡਾ ਦਾ ਇਨਟੇਕ ਅਪਕਮਿੰਗ ਔਰ ਬੰਦ ਹੁੰਦਾ ਜਾ ਰਿਹਾ ਸੀਟਸ ਖਤਮ ਹੁੰਦੀ ਜਾ ਰਹੀ ਹੈ ਰਾਈਟ ਜਿੰਨੇ ਜਲਦੀ ਜਿਹੜੇ ਵੀ ਸਟੂਡੈਂਟ ਜਿਨ੍ਹਾਂ ਨੇ ਅੱਜ ਦਾ ਐਗਜ਼ਾਮ ਦੇ ਲਿਆ ਉਹ ਅਪਲਾਈ ਕਰ ਸਕਦੇ ਅੱਛਾ ਬੱਚੇ ਇਹ ਸੋਚ ਰਹੇ ਨੇ ਕਿ ਕੋਈ ਗੱਲ ਨਹੀਂ ਜੈਨ ਇਨਟੇਕ ਖਤਮ ਹੋ ਜਾਊਗਾ ਤਾਂ ਮਈ ਦੇ ਵਿੱਚ ਤਾਂ ਸਾਨੂੰ ਡੈਫੀਨੇਟਲੀ ਸੀਟ ਮਿਲ ਹੀ ਜਾਏਗੀ ਉਹਨਾਂ ਨੂੰ ਕੀ ਕਹੋਗੇ ਤੁਸੀਂ ਦੇਖੋ ਹੁਣ 23 ਸੈਪਟੈਂਬਰ ਅਲਬਰਟਾ ਦੇ ਵਿੱਚ ਬੋ ਵੈਲੀ ਕਾਲਜ ਦੇ ਵਿੱਚ ਤੁਸੀਂ ਜਦ ਦੇਖੋਗੇ ਕਿ ਉਹਨਾਂ ਦਾ 23 ਸੈਪਟੈਂਬਰ ਖੁੱਲ ਗਿਆ ਔਰ ਮੇਰੇ ਕੋਲ ਘੱਟ ਤੋਂ ਘੱਟ 10 ਐਪਲੀਕੇਸ਼ਨ ਇੱਦਾਂ ਦੀਆਂ ਜਿਹੜੀ ਕਿ 23 ਸੈਪਟੈਂਬਰ ਦੀ ਉਹ ਲੈ ਕੇ ਬੈਠੇ ਆਫਰ ਲੈਟਰ ਤੇ ਜਾਂ ਤੇ ਬੱਚੇ ਨੇ ਪਰਟੀਕੁਲਰ ਕਾਲਜ ਪਰਟੀਕੁਲਰ ਲੋਕੇਸ਼ਨ ਚ ਜਾਣਾ ਔਰ ਪਰਟੀਕੁਲਰ ਪ੍ਰੋਗਰਾਮ ਚ ਜਾਣਾ ਤਾਂ ਦੇ ਹੈਵ ਟੂ ਵੇਟ ਬਾਕੀ ਤੁਸੀਂ ਸਮਝ ਲਓ ਇੱਕ ਸਾਲ ਦੀ ਵੇਟਿੰਗ ਅੱਛੇ ਕਾਲਜਿਸ ਦੇ ਵਿੱਚ ਚੱਲ ਰਹੀ ਹੈ ਤੇ ਜਿਨ੍ਹਾਂ ਨੂੰ ਜਾਣ ਦਾ ਮਿਲਦਾ ਉਹ ਲੈ ਕੇ ਵੀਜ਼ਾ ਲਓ ਤੁਸੀਂ ਇੱਕ ਸਾਲ ਵੇਟ ਕਿਉਂ ਕਰਨਾ ਬਿਲਕੁਲ ਵੇਟ ਕਿਉਂ ਕਰਨੀ ਹੈਗੀ ਜਿੱਥੇ ਤੁਹਾਨੂੰ ਵੀਜ਼ਾ ਮਿਲ ਰਿਹਾ ਹੈ ਉਧਰ ਅਪਲਾਈ ਕਰੋ ਨੈਕਸਟ ਕਾਲਰ ਦਾ ਸਵਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਮੈਮ ਪਰਵਿੰਦਰ ਕੌਰ ਬੋਲ ਰਹੀ ਹਾਂ ਨੂਰ ਲੈਣ ਤੋਂ ਠੀਕ ਹੈ ਜੀ ਬੋਲੋ ਕੀ ਸਵਾਲ ਹੈ ਪਲਵਿੰਦਰ ਜੀ ਬੇਟੇ ਬਾਰੇ ਪੁੱਛਣਾ ਸੀ ਮੈਡਮ ਬੇਟੇ ਨੇ ਆਈਲੈਟਸ ਕੀਤੀ ਹੈ 7 ਬ੍ਰੈਂਡ ਹੈ ਠੀਕ ਹੈ ਤੇ ਮੈਡਮ ਹੋਰ ਰਿਫਿਊਜ਼ਲ ਆ ਗਿਆ ਕੈਨੇਡਾ ਲਈ ਕੀ ਕਰ ਸੀਗਾ ਅਪਲਾਈ ਮੈਡਮ ਕੁਆਲੀਫਿਕੇਸ਼ਨ ਕੀ ਹੈ ਬੇਟੇ ਦੀ ਤੁਹਾਡੇ ਦੀ ਹਾਂਜੀ ਬੱਚਾ ਪੜ੍ਹਿਆ ਕਿੰਨਾ ਮੈਡਮ ਪਲੱਸ ਟੂ ਕੀਤੀ ਹੈ ਕਿ ਗ੍ਰੈਜੂਏਸ਼ਨ ਕੀਤੀ ਹੈ ਕਦੋਂ ਕੀਤੀ ਸੀ ਪਲੱਸ ਟੂ ਮੈਡਮ ਅੱਛਾ 2 ਸਾਲ ਹੋ ਗਏ 2020 ਚ ਕੀਤੀ ਸੀ ਰਿਫਿਊਜ਼ਲ ਦਾ ਰੀਜ਼ਨ ਕੀ ਆਇਆ ਵੀ ਤੁਸੀਂ ਵਾਪਸ ਨਹੀਂ ਮੁੜੋਗੇ ਓਕੇ ਜੀ ਚਲੋ ਜੀ ਸਾਡੇ ਸਟੱਡੀ ਵੀਜ਼ਾ ਐਕਸਪਰਟ ਕਰਨਗੇ ਤੁਹਾਨੂੰ ਆਨਸਰ ਮੈਡਮ ਜੀ ਲਓ ਜੀ ਰੋਜ਼ ਵਾਲਾ ਪਾਉਣਾ 7 ਬੈਂਡ ਰਿਫਿਊਜ਼ਲ ਕਾਲਰ ਵੀ ਸਵਾਲ ਕਰਕੇ ਕਹਿ ਰਿਹਾ 4 ਰਿਫਿਊਜ਼ਲ ਦੇ ਵੀਜ਼ੇ ਕਢਾਏ ਆ ਉਹ ਤੁਸੀਂ ਆ ਕੇ ਉਹਨਾਂ ਦੇ ਬੱਚਿਆਂ ਦੇ ਨੰਬਰ ਸ਼ੇਅਰ ਕਰ ਸਕਦੇ ਆ ਮਤਲਬ ਦੋਨੋਂ ਤਰਨ ਤਾਰਨ ਤੋਂ ਬੱਚੇ ਆਏ ਅੰਮ੍ਰਿਤਸਰ ਤੋਂ ਬੱਚੇ ਆਏ ਜਿਹੜੇ ਕਿ ਬੜੀ ਐਡ ਦਿੰਦੀਆਂ ਕੰਪਨੀਆਂ ਜਿਨ੍ਹਾਂ ਦਾ ਨਾਮ ਲੋਕ ਜਾਣਦੇ ਜ਼ਿਆਦਾ ਉਹਨਾਂ ਦੇ ਕੋਲ ਗਏ ਰਿਜੈਕਸ਼ਨ ਆਈਆਂ ਫਿਰ ਉਹ ਕੋਈ ਦੱਸਦਾ ਵੀਨਾ ਮੈਡਮ ਕੋਲ ਜਾਓ ਉਹਨਾਂ ਨੇ ਕਰਾਉਣਾ ਕਿਉਂਕਿ ਤੁਹਾਡੇ 3-4 ਚੀਜ਼ਾਂ ਹੁੰਦੀਆਂ ਜਿਹਦੀ ਵਜ੍ਹਾ ਨਾਲ ਵੀਜ਼ਾ ਨਹੀਂ ਲੱਗਦਾ ਵਨ ਇਸ ਕਿ ਗੈਪ ਜਿਹੜਾ ਤੁਸੀਂ ਜਸਟੀਫਾਈ ਨਹੀਂ ਕੀਤਾ ਕੀ ਕਰ ਰਹੇ ਸੀਗੇ ਰਿਲੇਸ਼ਨ ਨਹੀਂ ਹੈ ਤੁਹਾਡੇ ਜਿਹੜਾ ਕੋਰਸ ਹੈ ਉਹ ਤੁਹਾਡਾ ਅੱਗੇ ਗਰੋਥ ਨਹੀਂ ਦੇ ਰਿਹਾ ਕਲੀਅਰ ਲਿਖਦੇ ਆ ਕਿ ਜਿਹੜਾ ਤੁਸੀਂ ਕੋਰਸ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਕੋਈ ਫਿਊਚਰ ਸਾਨੂੰ ਲੱਗ ਨਹੀਂ ਰਿਹਾ ਕਿ ਬੈਨੀਫਿਟ ਹੋਏਗਾ ਜੇ ਉਹਨਾਂ ਨੂੰ ਨਹੀਂ ਲੱਗ ਰਿਹਾ ਕਿ ਪੜ੍ਹਾਈ ਦੀ ਤੁਹਾਡੀ ਕੋਈ ਗਰੋਥ ਹੋ ਰਹੀ ਹੈ ਉਹਦੇ ਬਾਅਦ ਤੁਹਾਡੀ ਜੋਬ ਅਪਰਚੁਨਿਟੀਜ਼ ਅੱਛੀ ਹੈ ਤੁਸੀਂ ਇੰਡੀਆ ਵਾਪਸ ਕਿਉਂ ਆਓਗੇ ਤੁਹਾਡੀ ਕੀ ਕਮਿਟਮੈਂਟਸ ਹੈ ਇਹ ਬਹੁਤ ਸਾਰੀ ਚੀਜ਼ਾਂ ਉਹਦੀ ਵਜ੍ਹਾ ਨਾਲ ਤੁਹਾਡਾ ਵੀਜ਼ਾ ਰਿਜੈਕਟ ਹੁੰਦਾ ਜਾਂ ਅਸੀਂ ਇਹ ਸਾਰਾ ਬੱਚੇ ਕਹਿੰਦੇ ਆ ਮੈਡਮ ਮੈਂ ਕੈਪ ਨੋਟ ਨਿਕਲਵਾਏ ਮੈਂ ਕਹਿੰਦੀ ਕੈਪ ਨੋਟ ਦੀ ਮੈਨੂੰ ਲੋੜ ਹੀ ਨਹੀਂ ਹੈ ਤੁਹਾਡਾ ਇਹ ਰੀਜ਼ਨ ਤੋਂ ਰਿਫਿਊਜ਼ਲ ਲੱਗਿਆ ਰਾਈਟ ਸੋ ਐਕਸਪੀਰੀਅੰਸ ਇੱਥੋਂ ਹੀ ਪਤਾ ਲੱਗਦਾ ਹੈ ਕਿ ਤਜਰਬਾ ਕਿੰਨਾ ਲਾਹੇਮੰਦ ਹੁੰਦਾ ਹੈ ਤੁਹਾਡੀ ਗੱਲ ਸੁਣ ਕੇ ਪਤਾ ਲੱਗ ਜਾਂਦਾ ਵੀ ਇੱਥੇ ਕਮੀ ਰਹਿ ਗਈ ਤੇ ਤਾਂ ਵੀਜ਼ਾ ਰਿਫਿਊਜ਼ ਹੋਇਆ ਨੈਕਸਟ ਕਾਲਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਔਰ ਕੀ ਜਾਣਕਾਰੀ ਚਾਹੁੰਦੇ ਹੋ ਤੁਸੀਂ ਸਤਿ ਸ੍ਰੀ ਅਕਾਲ ਟੀਵੀ ਤੋਂ ਦੂਰ ਹੋ ਜਾਓ ਸਰ ਕੀ ਸਵਾਲ ਹੈ ਕਿੱਥੋਂ ਬੋਲ ਰਹੇ ਹੋ ਜੀ ਮੈਡਮ ਜੀ ਮੈਂ ਫਗਵਾੜਾ ਤੋਂ ਬੋਲ ਰਿਹਾ ਜੀ ਪਿੰਡ ਢਾਂਡੇ ਆ ਜੀ ਮੇਰਾ ਫਗਵਾੜਾ ਤੋਂ ਸਰ ਕੀ ਜਾਣਕਾਰੀ ਚਾਹੁੰਦੇ ਹੋ ਤੁਸੀਂ ਮੈਡਮ ਅਸੀਂ ਇਹ ਪੁੱਛਣਾ ਸੀਗਾ ਜੀ ਸਾਡੇ ਨਾ ਕਿਸੇ ਏਜੰਟ ਕੋਲੋਂ ਫਾਈਲ ਲੱਗੀ ਹੋਈ ਹੈ ਆਸਟ੍ਰੇਲੀਆ ਦੀ ਓਕੇ ਜੀ ਤੇ ਮੈਡਮ ਸਾਡੀ ਨਾ 57 ਰਿਕੁਐਸਟ ਆਈ ਸੀਗੀ 29 ਜੁਲਾਈ ਨੂੰ ਠੀਕ ਹੈ ਉਹਨਾਂ ਨੇ ਉਹਦੇ ਵਿੱਚ COE ਮੰਗੀ ਸੀ ਅਪਡੇਸ਼ਨ ਵਾਸਤੇ ਠੀਕ ਹੈ ਉਹ ਕਾਲਜ ਵੱਲੋਂ ਅਪਡੇਟ ਹੋ ਗਈ
जी मेरी बेनती है साडे दर्शकां नूं प्लीज टीवी तो थोड़ी जी दूरी बना के साडे नाल तुसी जुड़िया करो। बाकी एक जिहड़ी गल है वी जिथों तुसी फाइल लॉन्च कीती है कंसल्टेंट ही तुहानूं तुहाडी प्रोफाइल दा जिहड़ा स्टेटस है उह दस सकदा हुंदा है। बाकी फिर वी तजुर्बे दे अनुसार मैडम की गाइड करूंगी। देखो मैनूं इहनां दा पूरा क्वेश्चन नहीं समझ आया कि उन्होंने शायद सीओई अपडेटेड मंगी सी कॉलेज ने अपडेट करते कुछ इदां कह रहे सीगे और शायद कंसल्टेंट ने नहीं भेजी कुछ इदां दा मैनूं जिहड़ा समझ आया इहनां दा ते वो बाकी पूरा देखो इना दा केस समझ के पता चलेगा कि क्यों होया क्योंकि जे इना नो ऑस्ट्रेलिया दा केस हां जी ऑस्ट्रेलिया दा केस है ता मैं लगदा थोड़ा कंसल्टेंट ही तुहानू स्टेटस दस सकदा है और जेकर कोई होर जानकारी चाहिए ऑस्ट्रेलिया दे विच तो एक बारी जब रिजेक्ट हो गया ते दोबारा कॉल यूनिवर्सिटीज एडमिशन नहीं दिंदियां या बहुत मुश्किल नाल दिंदियां ते उन्हां के केस पूरा देख के ही समझना पेगा। तो ही कहने की कंसल्टेंट वधिया होए चुन वधिया होए अज तुसी ये देखो 24/7 मंदी मैं रात नू भी कम करदी हां स्टूडेंट्स वास्ते जब मैं सवेरे 5 बजे भी बच्चों नू रिप्लाई देनी हां यूनिवर्सिटीज नू रिप्लाई करदी हां रात भी बच्चे दा 10 बजे भी मैनू मैसेज आ जाए मैं ओदा भी रिप्लाई करदी हां जबकि इन्नी वड्डी मेरी टीम बैठी हुई है पर जेड़ा बच्चा मेरे पर्सनल कॉन्टेक्ट भी हुंदा या मैनू पता चले कि इस बच्चे का कोई डिले हो रहा मैं बिल्कुल नहीं होण दिंदी क्योंकि साडी इंडस्ट्री जेड़ी सर्विस ओरिएंटेड इंडस्ट्री है कोई बिजनेस नहीं है एक कैरियर दे वास्ते काम कर रहे बिल्कुल थोड़े भविख नू मद्देनजर रखते हुए तुहानू गाइडलाइन जेड़ी जारी की जाती है। नेक्स्ट कॉलर सत श्री अकाल की सवाल है जी। हाँ जी बोलो जी की सवाल है। हाँ जी लुधियाना हौली बोलो सर हौली 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 है हले शो का टाइम सवाल दसो की है। हाँ जी बोलो सर नेटवर्क च हो तुहाडी गुड़िया ने प्लस टू कीती है किन्ने नंबर आए ने केड़े सब्जेक्ट च कीती है आईलेट्स या पीटी कर ली है ता ओदा स्कोर की है ए दसो। 75 नंबर आए ने मोरे। ठीक है जी ओके जी ओ कह रही है भी होम बाय डी डी फार्मेसी करके हां ये ओदा उस तो बस आईलेट करके ओदा नहीं बी फार्मेसी इंडिया चो करके बाद जान दा सर की पता कल नू केड़े राजे दी प्रजा होनी है। थैंक यू नाल जुड़न लई इत्थे तां जेड़े कि देखो बी फार्मेसी 3 साल च होनी है 3 साल दे बाद सानू नहीं पता जिदा तुसी कह रहे हो कि 3 साल दे बाद की वीजा पॉलिसीज होंगीयां और की उस कोर्स दा उत्थे स्कोप होएगा उत्थे हर 6 महीने साल च चेंजेस आंदे ते 3 साल बाद दा तुसी हजे इत्थे दा सोचो 3 साल बाद उस टाइम देखो इत्थे कोरोना आया कोरोना तो पहला सिनेरियो कुछ होर सी हुण डे बाय डे सिनेरियो चेंज हुंदा जा रहा 3 साल गांह दी कमिटमेंट नहीं है लेकिन हां अज जो चल रहा है ओदे बारे कोई जानकारी चाहुंदे हो तां साडे नाल जरूर जुड़ो मैडम जिद्दां हुण कॉल आई पेरेंट्स हुणे तों ही इंटरेस्टेड बच्चे नूं सही मैं कहंदी बहुत अच्छी गल है कि जां पेरेंट्स बच्चे दे भविख दा ध्यान रख रहे क्योंकि पेरेंट्स ही जेड़े भविख दा ध्यान रखणगे होर ते कौन बिल्कुल मैं कहनी बहुत अच्छी गल है इन्होंने क्वेश्चन पूछा है क्योंकि शो दा टाइम उस हिसाब नाल बहुत लिमिटेड हुंदा कि कैरियर दे बारे इन्नी ज्यादा जानकारी दित्ती जाए ओदे लई तुसी ऑफिस विजिट करदे हो मैं छोटे जे होर चीजां दसदी हां अज आपां थोड़ी जी यूरोप दी वी गल कर लैणे ऑस्ट्रेलिया कैनेडा पहला इक दर्शक दा सवाल लै लईए मैडम जी सत श्री अकाल की नाम है ते की जानकारी चाहुंदे हो जी। सुरेंद्र जी कितो बोल रहे हो तुसी जी की जानकारी चाहते हो। मैडम मेरा बेटा प्लस टू कर रहे हैं। ठीक है ओके विजिटर वीजा लगा हुआ है कनाडा का बच्चे का विजिटर वीजा लग्या हुआ है बेटी का विजिटर वीजा लगा हुआ है कनाडा का ओके ठीक है मैं चाहना की जेकर मैं उसने मई 2023 तक दूंगी हले विजिटर वीजे की डेट है। ठीक है ठीक है ओके थैंक यू सर नाल जुड़न दे लई मैडम प्लस टू च है बच्चा और वीजा ग्रांट है बस कन्वर्जन फिर तो होएगी वो चाहे इथो होए चाहे उथो होए कन्वर्जन करना ही पेगा हो जाएगा ओदे लई सर तुसी एक बारी ऑफिस विजिट करो। मैडम एक सवाल जेड़ा मेरे जहन च पूछना जरूरी भी है यूजी प्रोग्राम सक्सेस रेट ज्यादा है कि पीजी च ज्यादा है पेरेंट्स नु की गाइड करोगे प्लस टू तो बाद बच्चे नु बाहर भेजन की ग्रेजुएशन जब जागो जद सवेरा अच्छा राइट वैसे पीजी दा बच्चा थोड़ा मेच्योर हुंदा है यूजी दा बच्चा अंडर ग्रेड जेड़ा इन्ना मेच्योर नहीं हुंदा पेरेंट्स नु एक कंसर्न हुंदा है हर एम्बेसी दा एक अपना रुख हुंदा है बहुत सारा तुसी देखो ऑस्ट्रेलिया दी ग्रांट्स आ रही है प्लस टू वाले बच्चियां दी आ रही है
ਕੈਨੇਡਾ ਦੀ ਜਾ ਆ ਰਹੀ ਹੈ ਪਲੱਸ ਟੂ ਵਾਲੇ ਬੱਚੇ, ਕਿਉਂਕਿ ਪਲੱਸ ਟੂ ਦੀ ਮਾਰਕੀਟ ਆਪਣੀ ਜ਼ਿਆਦਾ ਹੁੰਦੀ ਹੈ, ਗ੍ਰੈਜੂਏਸ਼ਨ ਦੀ ਤੇ ਹਜੇ ਆਣੇ ਸ਼ੁਰੂ ਹੋਣੇ, ਪਲੱਸ ਟੂ ਦੇ ਐਗਜ਼ਾਮਸ ਹੋਏ ਸੀ, ਆਇਲਸ ਬੱਚਿਆਂ ਨੇ ਕੀਤੀ ਹੈ, ਤੇ ਬੱਚਾ ਜਿਹੜੇ ਕਿਉਂਕਿ ਇਹ ਜਿਹੜਾ ਬੱਚਾ ਅਜੇ ਪਲੱਸ ਟੂ ਕੀਤੀ ਹੈ, ਜਿੱਦਾਂ ਆਪਾਂ ਪਿਛਲੇ ਕੁਐਸਚਨ ਚ ਕਿਹਾ ਸੀ 3 ਸਾਲ ਬਾਅਦ ਸਾਨੂੰ ਨੀ ਪਤਾ ਕੀ ਹੋਏਗਾ, ਕੀ ਹੋਏਗਾ, ਇਹ ਬੱਚੇ ਨੇ ਪਲੱਸ ਟੂ ਕਰਕੇ ਜੇ ਹੁਣ ਚਲਿਆ ਗਿਆ ਉਹ 3 ਸਾਲ ਚ ਤਾਂ ਉੱਥੇ ਸੈਟਲ ਵੀ ਹੋ ਜਾਏਗਾ। ਬਿਲਕੁਲ, ਉਹ ਪਲਾਨਸ ਤਾਂ ਹੈਗੇ ਨੇ, ਉਹ ਤਾਂ ਪਲਾਨ ਸਗੋਂ ਵਧਨੇ ਫੁੱਲਣੇ ਨੇ, ਕਿਉਂਕਿ ਇੱਥੇ 3 ਸਾਲ ਚ ਗ੍ਰੈਜੂਏਸ਼ਨ ਕਰਕੇ ਫੇਰ ਸੋਚੇਗਾ ਤੇ ਉੱਥੇ ਦਾ ਵਰਕ ਪਰਮਿਟ ਤੇ ਬੱਚਾ ਆ ਜਾਣਾ ਆਰਾਮ ਨਾਲ। ਮੈਂ ਤਾਂ ਕਹਿੰਦੀ ਕਿ ਜੇ ਅੱਜ ਸੋਚ ਲਓ ਤੁਸੀਂ ਪਲੱਸ ਟੂ ਕਰਕੇ ਤੇ ਬੱਚਾ ਸੈਟਲ ਹੋਣ ਦੀ ਤਰਫ ਚਲਾਇਆ। ਬਿਲਕੁਲ ਜੀ। ਨੈਕਸਟ ਕਾਲਰ ਦਾ ਸਵਾਲ ਜੀ, ਸਤਿ ਸ੍ਰੀ ਅਕਾਲ, ਕੀ ਨਾਮ ਹੈ ਔਰ ਕੀ ਜਾਣਕਾਰੀ ਚਾਹੁੰਦੇ ਹੋ ਤੁਸੀਂ? ਜੀ ਸੁਣ ਪਾ ਰਹੇ ਹੋ ਜੀ? ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਸਵਾਲ ਹੈ ਸਰ, ਕਿੱਥੋਂ ਬੋਲ ਰਹੇ ਹੋ ਤੁਸੀਂ? ਠੀਕ ਹੈ ਜੀ, ਪੁੱਛੋ ਸਵਾਲ ਕੀ ਹੈ ਸਰ? ਹਾਂਜੀ ਪਲੀਜ਼ ਪੁੱਛੋ, ਕੀ ਪ੍ਰੋਫਾਈਲ ਹੈ ਬੇਟੀ ਦੀ ਸਰ? ਬੇਟੀ ਨੇ ਮੈਡਮ 2022 ਚ ਪਲੱਸ ਟੂ ਕੀਤੀ ਹੈ। ਠੀਕ ਹੈ। 90% 59% 59, ਓਕੇ। ਆਇਲਸ ਜਾਂ ਪੀਟੀ ਕੀਤਾ ਬੱਚੀ ਨੇ? ਆਇਲਸ ਕੀਤੀ ਹੈ ਜੀ। ਕਿੰਨੇ ਬੈਂਡ ਨੇ ਸਰ? ਓਵਰਆਲ 6, 1, 5.5। ਪਲੱਸ ਟੂ ਕਿਹੜੇ ਬੋਰਡ ਤੋਂ ਪੜ੍ਹੀ ਹੈ ਸਰ ਬੱਚੀ ਨੇ? ਸੀਬੀਐਸਈ ਤੋਂ ਕੀਤੀ ਹੈ ਜੀ, ਮੈਡੀਕਲ। ਸਵਾਲ ਕੀ ਹੈ ਸਰ ਹੁਣ ਆਪਣਾ? ਹਾਂਜੀ, ਕੈਨੇਡਾ ਜਾਣਾ ਚਾਹੁੰਦੇ ਨੇ। ਕੈਨੇਡਾ ਜਾਣਾ ਚਾਹੁੰਦੇ ਹੋ? ਥੈਂਕ ਯੂ ਸਰ ਨਾਲ ਜੁੜਨ ਲਈ। ਸਟੱਡੀ ਵੀਜ਼ਾ ਐਕਸਪਰਟ ਜ਼ਰੂਰ ਆਨਸਰ ਕਰਨਗੇ ਤੁਹਾਨੂੰ। 6, not less than 5.5 in 1 module। ਮੈਮ ਸੀਬੀਐਸਈ ਬੋਰਡ 59%, ਅਕੈਡਮਿਕ ਥੋੜਾ ਜਿਹਾ ਡਾਮਾਡੋਲ ਹੈ ਬੱਚੇ ਦਾ, ਕੀ ਬਣੂਗਾ? 59% ਹੈ, ਠੀਕ ਹੈ, ਠੀਕ ਹੈ। ਬਟ ਜਿਹੜਾ 1 ਤੋਂ 5 ਬੈਂਡ ਹੈ ਨਾ, ਉਹ ਇਸ ਟਾਈਮ ਵੀਜ਼ਾ ਨਹੀਂ ਦੇ ਰਹੇ। ਮੈਂ ਇਹਨਾਂ ਨੂੰ ਕੋਈ ਉਹ ਨਹੀਂ ਕਿ ਡੀਮੋਟੀਵੇਟ ਕਰ ਰਹੀ ਹਾਂ, ਬਟ ਇਹ ਜੇ ਆਇਲਸ ਇੰਪਰੂਵ ਕਰਾ ਲੈਣ, ਜਾਂ ਮੈਂ ਇਹਨਾਂ ਨੂੰ ਸੁਜੈਸਟ ਕਰੂੰਗੀ ਤੁਸੀਂ ਆਸਟ੍ਰੇਲੀਆ ਚ ਵੀਜ਼ਾ ਲਗਾ ਲਓ, ਕਿਉਂਕਿ ਪਲੱਸ ਟੂ ਕਰਕੇ ਬੱਚਾ ਜਿਹੜਾ 1.5 ਬੈਂਡ ਜਾਂ 2.5 ਬੈਂਡ ਆਸਟ੍ਰੇਲੀਆ ਦੇ ਵਿੱਚ ਇਹ ਵਾਲਾ ਚੱਕਰ ਨੀ ਕਿ 6 ਈ ਚ ਹੋਣੇ ਚਾਹੀਦੇ ਆ, ਉੱਥੇ ਵਾਸਤੇ ਤੁਹਾਡੀ ਫਾਈਲ ਇਹ ਜਿਆਦਾ ਸਟਰੋਂਗ ਹੈ। ਬਿਲਕੁਲ, ਆਸਟ੍ਰੇਲੀਆ ਬਾਰੇ ਤੁਸੀਂ ਗੈਪ ਨੀ ਹੋਣਾ ਚਾਹੀਦਾ 1 ਸਾਲ ਤੋਂ ਜਿਆਦਾ। ਠੀਕ ਹੈ। ਆਇਲ 6 ਬੈਂਡ ਓਵਰਆਲ, ਬਿਲਕੁਲ ਲੈਸ ਦੈਨ 5.5, 55-60%, ਇਹੀ ਪ੍ਰੋਫਾਈਲ ਆਸਟ੍ਰੇਲੀਆ ਵਾਸਤੇ ਐਕਸੈਪਟਿਡ ਹੈ ਤੁਸੀਂ ਆਸਟ੍ਰੇਲੀਆ, ਕਿਉਂਕਿ ਜਿੱਥੇ ਤੁਹਾਨੂੰ ਰਿਜੈਕਸ਼ਨ ਦੀ ਉਮੀਦ ਹੈ, ਟਾਈਮ ਵੀ ਖਰਾਬ ਕਰੋਗੇ 3-4 ਮਹੀਨੇ ਦਾ, ਪੈਸਾ ਵੀ ਤੁਹਾਡਾ 50-60-70 ਹਜ਼ਾਰ ਰੁਪਿਆ ਵੈਸੇ ਫੀਸਾਂ ਮੈਡੀਕਲ, ਬਿਲਕੁਲ, ਔਰ ਜਿਹੜੇ ਡਾਲਰ ਦੀ ਕਨਵਰਜ਼ਨ ਦਾ ਤੁਹਾਨੂੰ 70-80 ਹਜ਼ਾਰ ਰੁਪਿਆ ਤੱਕ ਲੋਸ ਹੋ ਜਾਂਦਾ ਹੈ। ਤੁਸੀਂ ਇਹ ਤਿੰਨਾਂ ਚੀਜ਼ਾਂ ਤੋਂ ਬਚ ਸਕਦੇ ਹੋ ਜਾਂ ਤੁਸੀਂ ਸਹੀ ਡਿਸੀਜ਼ਨ। ਬਿਲਕੁਲ, 2-3 ਮਹੀਨੇ ਹੋਏ ਨੇ ਹਲੇ ਰਿਜ਼ਲਟ ਆਏ ਨੂੰ, ਸੋ ਇਨਟੇਕ ਅਪਕਮਿੰਗ ਮੈਡਮ ਇਹਨਾਂ ਨੂੰ ਜ਼ਰੂਰ ਸੁਜੈਸਟ ਕਰੋ ਆਸਟ੍ਰੇਲੀਆ ਦਾ ਕਿਹੜਾ ਹੋ ਸਕਦਾ। ਆਸਟ੍ਰੇਲੀਆ ਦਾ ਨਵੰਬਰ ਮਿਡ ਇਨਟੇਕ ਵੀ ਚੱਲ ਰਿਹਾ, ਫਿਰ ਜੈਨ ਫੈਬ ਇਨਟੇਕ ਹੈ। ਠੀਕ ਹੈ। ਤੇ ਮੈਂ ਤੁਹਾਨੂੰ ਪਿਛਲੀ ਵਾਰ ਵੀ ਕੋਰਸ ਬਹੁਤ ਅੱਛਾ ਦੱਸਿਆ ਸੀਗਾ ਜਿਹਦੇ ਵਿੱਚ 1.5 ਸਾਲ ਪੜ੍ਹਾਈ, 1.5 ਸਾਲ ਇੰਟਰਨਸ਼ਿਪ, ਜਿਹਦੇ ਵਿੱਚ ਬੱਚੇ ਦੀ ਫੀਸ ਜਿਹੜੀ ਹੈ 28,000 ਡਾਲਰ ਹੈ, ਔਰ ਇੰਟਰਨਸ਼ਿਪ ਚ ਬੱਚਾ ਜਿਹੜਾ 24,000 ਡਾਲਰ ਕਮਾ ਰਿਹਾ। ਜੀ ਇੱਕ ਦਰਸ਼ਕ ਦਾ ਸਵਾਲ ਲੈ ਲਈਏ, ਫਿਰ ਇਹਨੂੰ ਬ੍ਰਿਸ਼ਟ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ, ਕੀ ਨਾਮ ਹੈ ਜੀ? ਸਤਿ ਸ੍ਰੀ ਅਕਾਲ, ਕੀ ਨਾਮ ਹੈ? ਹੈਲੋ। ਹਾਂਜੀ ਸਤਿ ਸ੍ਰੀ ਅਕਾਲ, ਕੀ ਸਵਾਲ ਹੈ ਜੀ? ਹੈਲੋ। ਹਾਂਜੀ ਹਾਂਜੀ, ਕੀ ਸਵਾਲ ਹੈ ਸਰ? ਮੈਂ ਦੱਸਿਆ ਜੀ, ਮੇਰਾ ਗ੍ਰੈਂਡਸਨ ਫਾਈਨਲ ਈਅਰ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰ ਰਿਹਾ। ਠੀਕ ਹੈ ਜੀ, ਓਕੇ, ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਠੀਕ ਹੈ, ਸੀਐਸਸੀ ਕਰ ਰਿਹਾ, ਓਕੇ। ਹਾਂਜੀ ਦੱਸੋ ਜੀ, ਸਵਾਲ ਕੀ ਹੈ ਹੁਣ? ਜਿੱਥੇ ਬਰਾਈਡ ਪ੍ਰੋਸਪੈਕਟਸ ਹੋ ਸਕਦੇ ਆ, ਉਹ ਕਿਹੜੇ ਕੰਟਰੀ ਚ ਹੋ ਸਕਦੇ ਆ ਵੀਜ਼ੇ ਵਾਸਤੇ? ਕੀ ਸਰ ਬੱਚਾ ਤੁਹਾਡਾ ਇਸ ਟਾਈਮ ਪੜ੍ਹਾਈ ਕਿਹੜੀ ਯੂਨੀਵਰਸਿਟੀ ਜਾਂ ਕਾਲਜ ਚ ਕਰ ਰਿਹਾ? ਪੰਜਾਬੀ ਯੂਨੀਵਰਸਿਟੀ। ਪੰਜਾਬੀ ਯੂਨੀਵਰਸਿਟੀ, ਓਕੇ ਜੀ, ਠੀਕ ਹੈ। ਕੰਪਿਊਟਰ ਸਾਇੰਸ ਦੇ ਵਿੱਚ ਮੈਡਮ ਇਹਨਾਂ ਦੀ ਬੈਚਲਰ ਜਿਹੜੀ ਹੈ ਲਾਸਟ ਸਮੈਸਟਰ ਹੈਗਾ ਨਾ, ਆਇਲਸ ਤਾਂ ਨਹੀਂ ਕੀਤੀ ਹੋਈ ਸਰ ਵਾਲੇ ਬੱਚੇ ਨੇ? ਓਕੇ ਜੀ, ਤੁਹਾਨੂੰ ਸਾਡੇ ਸਟੱਡੀ ਵੀਜ਼ਾ ਐਕਸਪਰਟ ਜ਼ਰੂਰ ਗਾਈਡ ਕਰਨਗੇ ਕਿ ਕਿੱਥੇ ਜਿਹੜਾ ਫਿਊਚਰ ਹੈ ਉਹਨਾਂ ਦਾ ਜ਼ਿਆਦਾ ਗੋਲਡਨ ਹੋ ਸਕਦਾ। ਹਾਂਜੀ ਮੈਮ, ਕਿੰਨੇ ਪਰਸੈਂਟੇਜ ਦੱਸਿਆ ਜੀ? ਹਲੇ ਮੈਮ ਸਟੱਡੀ ਚੱਲ ਰਹੀ ਹੈ, ਲਾਸਟ ਸਮੈਸਟਰ ਚ ਹੈ ਬੱਚਾ, ਉਹਦੇ ਦਾਦਾ ਜੀ ਦਾ ਫੋਨ ਹੈ, ਕੰਪਿਊਟਰ ਸਾਇੰਸ ਚ ਬੱਚੇ ਨੇ ਗ੍ਰੈਜੂਏਟ ਮਤਲਬ ਬੀਟੈਕ ਕਰ ਰਿਹਾ ਹੈ, ਕੀ ਸੁਜੈਸ਼ਨ? ਮੈਂ ਸ਼ਾਇਦ ਹਰ ਸ਼ੋ ਚ ਕਹਿੰਦੀ ਹਾਂ ਕਿ ਜਿਹੜਾ ਬੱਚਿਆਂ ਨੇ ਕੰਪਿਊਟਰ ਚ ਬੀਟੈਕ ਵਗੈਰਾ ਕੀਤੀ ਹੈ, ਉਹਨਾਂ ਨੂੰ ਆਰਡਨਰੀ ਆਈ ਟੀ ਲੈਣ ਦੀ ਬਜਾਏ ਕਲਾਊਡ ਕੰਪਿਊਟਿੰਗ, ਸਾਈਬਰ ਸਿਕਿਉਰਿਟੀ, ਡੇਟਾ ਐਨਾਲਿਸਿਸ, ਇਹੋ ਜਿਹੇ ਕੋਰਸਿਸ ਲਓ। ਤੁਹਾਡੀ ਜੇ 100,000-80,000 ਡਾਲਰ ਦੀ ਜੋਬ ਆਰਡਨਰੀ ਆਈ ਟੀ ਵਿੱਚ ਲੱਗ ਰਹੀ ਹੈ, ਤਾਂ ਉਹਦੇ ਵਿੱਚ ਤੁਹਾਨੂੰ 150,000-160,000-200,000 ਦੀ ਜੋਬ ਲੱਗ ਰਹੀ ਹੈ। ਇੰਜੀਨੀਅਰਿੰਗ ਮੈਨੇਜਮੈਂਟ ਇੱਕ ਕੋਰਸ ਹੈ ਜਿਹਦੇ ਵਿੱਚ ਕਿ 400,000 ਡਾਲਰ ਦੀ ਜੋਬ ਲੱਗ ਰਹੀ ਹੈ ਮਾਇੰਸ ਇੰਜੀਨੀਅਰਿੰਗ ਦੇ ਵਿੱਚ। ਮਤਲਬ ਤੁਸੀਂ ਇਹ ਸਮਝੋ ਕਿ 4 ਟਾਈਮਸ 3 ਟਾਈਮਸ ਬੈਟਰ
ਤੁਹਾਨੂੰ ਖਾਲੀ ਕੋਰਸ ਦੀ ਨੌਲੇਜ ਹੋਣੀ ਚਾਹੀਦੀ, ਇਹ ਨਹੀਂ ਕਿ ਮੇਰਾ ਭਰਾ ਜਿਹੜਾ ਜਾਂ ਮੇਰਾ ਫਰੈਂਡ ਆਈ ਟੀ ਵਿੱਚ ਗਿਆ ਮੈਂ ਵੀ ਉਹਦੇ ਵਿੱਚ ਲੈ ਲਾਂ। ਤੁਸੀਂ ਅਪਗ੍ਰੇਡ ਕਰਨਾ ਆਪਣੇ ਆਪ ਨੂੰ ਮਾਰਕੀਟ ਦੇ ਹਿਸਾਬ ਨਾਲ ਤਿਆਰ ਕਰਨਾ। ਬਿਲਕੁਲ, ਜੋ ਸਮੇਂ ਦੀ ਡਿਮਾਂਡ ਹੈ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਤੁਸੀਂ ਅਪਗ੍ਰੇਡ ਕਰੋਗੇ ਤਾਂ ਡੈਫੀਨੇਟਲੀ ਰਿਜ਼ਲਟ ਫਰੂਟਫੁਲ ਮਿਲਣਗੇ। ਤੁਸੀਂ ਇੱਕ ਵਾਈਸ ਡਿਸੀਜਨ ਲੈ ਲੋਗੇ ਨਾ, ਤੁਸੀਂ ਜ਼ਿੰਦਗੀ ਚ ਪਿੱਛੇ ਮੁੜ ਕੇ ਨਹੀਂ ਦੇਖੋਗੇ, ਅੱਗੇ ਅੱਗੇ ਵੱਧਦੇ। ਬਿਲਕੁਲ, ਨਾਲੇ ਸਾਡਾ ਸੁਪਨਾ ਇਹ ਹੋਣਾ ਚਾਹੀਦਾ ਵੀ ਅਸੀਂ ਵਾਈਟ ਕਾਲਰ ਜੋਬ ਕਰਨੀ ਹੈ, ਨਾ ਕਿ ਅਸੀਂ ਲੇਬਰ ਕਰਨੀ ਹੈ। ਲੇਬਰ ਵੀ ਮਾੜੀ ਨਹੀਂ ਹੈ, ਬਟ ਹਾਂ ਜੇਕਰ ਸਮੇਂ ਦੀ ਡਿਮਾਂਡ ਹੈ ਉਹਦੇ ਅਕੋਰਡਿੰਗ ਚੱਲਣਾ ਚਾਹੀਦਾ। ਮੈਡਮ ਫਿਰ ਤੋਂ ਉਸੇ ਤੇ ਆਉਂਗੀ, $14,000 ਫੀਸ ਤੇ $28,000 ਦੀ ਸਕਾਲਰਸ਼ਿਪ। $28,000 ਫੀਸ ਹੈ, $14,000 ਪਰ ਸਮੈਸਟਰ। ਓਕੇ, ਇੱਕ ਸਮੈਸਟਰ ਚ ਇਹਨੇ $14,000 ਲਗਾਇਆ, ਨੈਕਸਟ ਸਮੈਸਟਰ ਚ ਇਹਨੂੰ ਜਿਹੜਾ $25 ਪਰ ਆਰ ਮਿਲੇਗਾ। $24,000 ਬੱਚੇ ਨੂੰ ਮਿਲ ਗਏ ਛੇ ਮਹੀਨੇ ਦੇ ਵਿੱਚ। ਠੀਕ ਹੈ, 14 ਲੱਗਿਆ, 24 ਮਿਲ ਗਿਆ। ਨਹੀਂ, 14 ਲੱਗਿਆ, ਨੈਕਸਟ ਸਮੈਸਟਰ ਦੀ ਫੀਸ ਵੀ ਸਮੈਸਟਰ ਦੀ ਫੀਸ ਹੈ। ਲੇਕਿਨ ਇਹਨੇ $24,000 ਕਮਾ ਲਿਆ। ਕਿਹੜੇ ਹਰ ਕੋਰਸ ਚ ਬੱਚੇ ਦੇ ਮਾਂ ਬਾਪ ਉਹਨੂੰ ਫੀਸ ਪੇ ਕਰਕੇ ਭੇਜਦੇ ਆ, ਉਹਦੇ ਵਿੱਚ ਕਮਾਉਣ ਦਾ ਕੋਈ ਮੌਕਾ ਨਹੀਂ। ਇਹ ਖਾਲੀ ਪੜ੍ਹਾਈ ਦਾ ਹਿੱਸਾ ਹੈ, ਉਹਦੇ ਬਾਅਦ ਜਿਹੜੇ ਆਫ ਟਾਈਮਿੰਗ ਵਰਕਿੰਗ ਹੈ, 20 hours ਜਾਂ 40 hours ਜਿਹੜਾ ਫੋਰਟਨਾਈਟਲੀ ਹੈ, ਉਹਦੇ ਵਿੱਚ ਤਾਂ ਬੱਚਾ ਅਲੱਗ ਤੋਂ ਅਰਨਿੰਗ ਕਰ ਰਿਹਾ। ਬਿਲਕੁਲ, ਇਹ ਤੇ ਪੜ੍ਹਾਈ ਦੇ ਹਿੱਸੇ ਵਿੱਚ ਤੁਸੀਂ ਕਮਾ ਰਹੇ ਹੋ, ਦੈਟ ਮੀਨਸ ਤੁਸੀਂ ਆਪਣੀ ਫੀਸਾਂ ਕੱਢ ਲਈ, ਫਰੀ ਕਰ ਲਈ, ਉਹ ਜਿਹੜਾ ਕਮਾ ਰਹੇ ਹੋ ਤੁਹਾਡੀ ਪਾਕਿਟ ਦੇ ਵਿੱਚ। ਬਿਲਕੁਲ ਠੀਕ ਹੈ, ਇਸ ਤੋਂ ਵਧੀਆ ਜਗ੍ਹਾ ਤੇ ਕੋਰਸ ਚਾਹੀਦਾ। ਬਿਲਕੁਲ, ਇਹ ਇੰਟਰਨਸ਼ਿਪ ਪ੍ਰੋਗਰਾਮ ਕਿਹੜੀ ਜਗ੍ਹਾ ਤੇ ਹੈਗੇ ਨੇ, ਕਿਹੜੀ? ਇਹ ਤੁਹਾਨੂੰ ਮਿਲੇਗਾ ਆਸਟ੍ਰੇਲੀਆ ਦੇ ਵਿੱਚ ਐਡੀਲੇਡ। ਠੀਕ ਹੈ, ਓਕੇ, ਐਡੀਲੇਡ। ਸੋ ਜੇਕਰ ਤੁਸੀਂ ਜਾਣ ਦੇ ਚਾਹਵਾਨ ਹੋ, ਜ਼ਰੂਰ ਜੁੜੋ ਸਾਡੇ ਨਾਲ। ਸਾਡੇ ਨੈਕਸਟ ਦਰਸ਼ਕ, ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਔਰ ਕੀ ਜਾਣਕਾਰੀ ਚਾਹੁੰਦੇ ਹੋ ਜੀ? ਸਵਾਲ ਦੱਸੋ ਜਸਪ੍ਰੀਤ ਜੀ, ਪਲੀਜ਼ ਜਲਦੀ ਆਪਣਾ। ਹਾਂਜੀ ਮੈਮ, ਮੇਰਾ ਸ਼੍ਰੀ, ਮੇਰੀ ਬੇਨਤੀ ਸਾਡੇ ਦਰਸ਼ਕਾਂ ਨੂੰ ਟੀਵੀ ਦੇ ਵਾਸਤੇ ਟਾ ਕੇ ਨੈਟਵਰਕ ਚਾ ਕੇ ਸਾਡੇ ਨਾਲ ਜੁੜੋ। ਮੈਡਮ ਕੁਝ ਇੱਕ ਮਿੰਟਾਂ ਤੱਕ ਅਸੀਂ ਇਜਾਜ਼ਤ ਲੈਣੀ ਹੈ। ਐਸੇ ਚ ਯੂਰਪ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਜ਼ਰੂਰ ਉਹਦੇ ਬਾਰੇ ਜਾਣਕਾਰੀ ਜ਼ਰੂਰ। ਫਰਾਂਸ, ਜਰਮਨੀ, ਸਵਿਟਜ਼ਰਲੈਂਡ ਦੇ ਬਹੁਤ ਅੱਛੇ ਵੀਜ਼ਾਸ ਹੈ। ਫਰਾਂਸ ਦੇ ਵਿੱਚ ਮੈਂ ਬਹੁਤ, ਕਿਉਂਕਿ ਟਾਈਮ ਘੱਟ ਹੈ, ਜਲਦੀ ਜਲਦੀ ਦੱਸੂਗੀ। ਫਰਾਂਸ ਦੇ ਵਿੱਚ ਤੁਹਾਨੂੰ ਜਿਹੜਾ ਕੋਈ ਆਇਲਸ ਨਹੀਂ ਚਾਹੀਦੀ, ਬਟ ਯੂਰ ਕੌਮ ਸਕਿੱਲ ਸ਼ੁੱਡ ਬੀ ਗੁੱਡ। ਠੀਕ ਹੈ, ਜਰਮਨੀ ਦੇ ਵਿੱਚ ਵੀ ਤੁਹਾਡਾ ਆਇਲਸ ਨਹੀਂ ਚਾਹੀਦੀ ਹੈ, ਐਂਡ ਸਵਿਟਜ਼ਰਲੈਂਡ ਦੇ ਵਿੱਚ 5.5 ਬੈਂਡ ਆਇਲਸ ਚਾਹੀਦੀ ਹੈ। ਲੇਕਿਨ ਜਿਹੜੇ ਬੱਚਿਆਂ ਦਾ US ਦਾ ਵੀਜ਼ਾ ਕਾਫੀ ਰਿਜੈਕਸ਼ਨ ਹੋਈ ਹੈ ਪਿੱਛੇ, ਸਵਿਟਜ਼ਰਲੈਂਡ ਦਾ ਇੱਕ ਸਾਲ ਕੋਰਸ ਕਰਕੇ ਤੁਹਾਨੂੰ 100% ਜਿਹੜਾ US ਦਾ ਵੀਜ਼ਾ ਮਿਲ ਰਿਹਾ ਇੰਟਰਨਸ਼ਿਪ। ਠੀਕ ਹੈ, ਥੈਂਕ ਯੂ ਮੈਮ ਇਨਫੋਰਮੇਸ਼ਨ ਸਾਂਝੀ ਕਰਨ ਲਈ ਔਰ ਆਪਣੇ ਰੁਝੇਵੇ ਚ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ ਸਰ। ਇਜਾਜ਼ਤ ਲੈਣ ਦਾ ਦਿਲ ਤਾਂ ਨਹੀਂ ਕਰ ਰਿਹਾ, ਲੇਕਿਨ ਸਮਾਂ ਜਿਹੜਾ ਹੋਰ ਸਾਨੂੰ ਸਮਾਂ ਨਹੀਂ ਦੇ ਰਿਹਾ ਤੁਹਾਡੇ ਰੂਬਰੂ ਰਹਿਣ ਦਾ। ਸੋ ਲੇਕਿਨ ਅਸੀਂ ਇੱਦਾਂ ਹੀ ਹਾਜ਼ਰ ਰਵਾਂਗੇ। ਇਹ ਨੰਬਰ ਹੈਲਪਲਾਈਨ ਨੰਬਰ ਨੇ 24 ਘੰਟੇ ਅਵੇਲੇਬਲ ਨੇ, ਤੁਸੀਂ ਸਾਡੇ ਸ਼ੋਅ ਤੋਂ ਬਾਅਦ ਵੀ ਇਸ ਨੰਬਰ ਤੇ ਕਾਲ ਕਰਨੀ ਹੈ। ਆਪਣਾ ਕੋਈ ਵੀ ਸਵਾਲ ਹੈ ਸਾਂਝਾ ਕਰਨਾ, ਚਾਹੇ ਸਿੰਗਲ ਜਾਣਾ, ਚਾਹੇ ਸਪਾਊਸ ਦੇ ਨਾਲ ਜਾਣਾ, UGPG ਕਿਸੇ ਵੀ ਪ੍ਰੋਗਰਾਮ ਕਿਸੇ ਵੀ ਮੁਲਕ ਜਾਣ ਨੂੰ ਲੈ ਕੇ ਕੋਈ ਵੀ ਸਵਾਲ ਹੈ ਤੁਹਾਡਾ, ਤੁਸੀਂ ਨੈਵੀਗੇਟਰ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਫਿਰ ਤੋਂ ਹਾਜ਼ਰ ਹੋਵਾਂਗੇ, ਰੱਖੋ ਧਿਆਨ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।